ਅੱਜ ਦਾ ਡਾਕਟਰ ਕੰਗ ਸ਼ੋਅ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਸਰੋਤਿਓ, ਸਾਡੀ ਅਕਸਰ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਡੇ ਨਾਲ ਕੋਈ ਇੱਦਾਂ ਦੀ ਜਾਣਕਾਰੀ ਸਾਂਝੀ ਕਰੀਏ ਜਿਹਦੇ ਨਾਲ ਕਿ ਅਸੀਂ ਆਪਣੀ ਕਮਿਊਨਿਟੀ ਦਾ ਕਿਸੇ ਨਾ ਕਿਸੇ ਤਰ੍ਹਾਂ ਫਾਇਦਾ ਕਰ ਸਕੀਏ। ਅੱਜ ਅਸੀਂ ਇੱਦਾਂ ਦੇ ਟੋਪਿਕ 'ਤੇ ਗੱਲ ਕਰ ਰਹੇ ਹਾਂ ਜਿਹੜੇ ਟੋਪਿਕ ਨੂੰ ਸਾਡੀ ਕਮਿਊਨਿਟੀ ਮੰਨਣ ਨੂੰ ਤਿਆਰ ਨਹੀਂ, ਵੀ ਸਾਡੀ ਕਮਿਊਨਿਟੀ 'ਚ ਪ੍ਰੋਬਲਮ ਹੈਗੀ ਆ, ਪਰ ਇਹ ਪ੍ਰੋਬਲਮ ਸਾਡੀ ਕਮਿਊਨਿਟੀ 'ਚ ਹੈਗੀ ਆ ਅਤੇ ਆਪਾਂ ਇਸਦਾ ਹੱਲ ਲੱਭਣਾ ਅਤੇ ਇਸ ਬਾਰੇ ਆਪਾਂ ਜਾਣਕਾਰੀ ਅੱਜ ਹਾਸਲ ਕਰਨੀ ਆ। ਸਾਡੇ ਅੱਜ ਸਟੂਡੀਓ 'ਚ ਮਹਿਮਾਨ ਆਏ ਨੇ ਜੋ ਕਿ ਕਿੱਤੇ ਤੋਂ ਵਕੀਲ ਨੇ, ਇਸ ਸਮੇਂ ਉਹ ਸੈਕਰਾਮੈਂਟੋ ਕਾਊਂਟੀ ਦੇ ਡਿਪਟੀ ਡਿਸਟ੍ਰਿਕਟ ਅਟਾਰਨੀ ਨੇ, ਕਾਫੀ ਵੱਡੀ ਪੋਜੀਸ਼ਨ 'ਤੇ ਨੇ। ਪਹਿਲਾਂ ਤਾਂ ਮੈਂ ਆਪਣੇ ਵੀਰ ਨੂੰ ਜੀਆਂ ਆਖਦਾ ਸਾਡੇ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸੋ ਅਮਰ ਸਿੰਘ ਜੀ, ਤੁਸੀਂ ਇਹ ਦੱਸੋ ਵੀ ਡੋਮੈਸਟਿਕ ਵਾਇਲੈਂਸ ਕੀ ਚੀਜ਼ ਆ? ਡੋਮੈਸਟਿਕ ਵਾਇਲੈਂਸ ਜੀ, ਇਹ ਚੀਜ਼ ਆਪਣੀ ਫੈਮਲੀਜ਼ ਦੇ ਵਿੱਚ ਜੋ ਅਬਿਊਸ ਹੁੰਦਾ, ਆਮ ਕਰਕੇ ਆਮ ਤੌਰ 'ਤੇ ਅਸੀਂ ਸੋਚਦੇ ਹਾਂ ਵੀ ਜਿਹੜੀ ਡੋਮੈਸਟਿਕ ਵਾਇਲੈਂਸ ਆ ਉਹ ਸਿਰਫ ਫਿਜ਼ੀਕਲ ਵਾਇਲੈਂਸ ਆ, ਪਰ ਇਹਦੇ 7 ਕਿਸਮਾਂ ਦੀ ਵਾਇਲੈਂਸ ਹੁੰਦੀ ਆ। ਪਹਿਲੀ ਹੈਗੀ ਆ ਵਰਬਲ, ਕਿਸੇ ਨੂੰ ਝਟਕਣਾ, ਚੰਗਾ ਬੋਲਣਾ, ਹਾਂਜੀ, ਉਹਨਾਂ ਨੂੰ ਸ਼ਰਮਿੰਦੇ ਕਰਾਉਣਾ ਸਾਰਿਆਂ ਦੇ ਸਾਹਮਣੇ। ਦੂਸਰੀ ਹੈਗੀ ਆ ਇਮੋਸ਼ਨਲ, ਉਸ ਬੰਦੇ ਨੂੰ ਆਈਸੋਲੇਟ ਕਰਨਾ, ਉਸ ਬੰਦੇ ਨੂੰ ਉਹਨਾਂ ਨੂੰ ਡਿਪਰੈਸ਼ਨ ਦੇ ਵਿੱਚ ਫੋਰਸ ਕਰਨਾ। ਤੀਸਰੀ ਤਰ੍ਹਾਂ ਦੀ ਹੈਗੀ ਆ ਫਾਈਨੈਂਸ਼ੀਅਲ ਵਾਇਲੈਂਸ, ਉਸ ਬੰਦੇ ਨੂੰ ਫਾਈਨੈਂਸ਼ਲੀ ਆਈਸੋਲੇਟ ਕਰਨਾ, ਉਹਨਾਂ ਨੂੰ ਪੈਸੇ ਨਹੀਂ ਦੇਣੇ, ਕਾਰ ਨਹੀਂ ਦੇਣੀ, ਜੋ ਵੀ ਕੁਛ ਉਹਨਾਂ ਨੂੰ ਚਾਹੀਦਾ ਤੁਸੀਂ ਆਪ ਲੈ ਕੇ ਦੇਣਾ, ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ ਮਿਲਦੀ। ਫਿਰ ਫਿਜ਼ੀਕਲ ਵਾਇਲੈਂਸ ਆ, ਫਿਰ ਕਈ ਹੋਰ ਤਰ੍ਹਾਂ ਦੀ ਡੋਮੈਸਟਿਕ ਵਾਇਲੈਂਸ ਹੈ ਜਿਹਨੂੰ ਅਸੀਂ ਕਈ ਵਾਰੀ ਨਹੀਂ ਸਮਝਦੇ ਡੋਮੈਸਟਿਕ ਵਾਇਲੈਂਸ, ਉਹ ਹੈਗੀ ਹੈ ਐਲਡਰ ਅਬਿਊਸ, ਜੋ ਕਿ ਤੁਸੀਂ ਆਪਣੇ ਮਾਂ ਪਿਓ ਨਾਲ ਬਜ਼ੁਰਗ ਨੇ, ਹਾਂਜੀ, ਤੰਗ ਕਰਨਾ, ਹਾਂ, ਫਿਰ ਜਾਂ ਹੈਗੇ ਆ ਬੱਚਿਆਂ 'ਤੇ ਵਾਇਲੈਂਸ, ਅਤੇ ਫਿਰ ਅਖੀਰ ਵਿੱਚ ਸੈਕਸ਼ੂਅਲ ਵਾਇਲੈਂਸ। ਸੋ ਇਹ ਕਿੰਨੀ ਕੁ ਕਾਮਨ ਹੈ ਪ੍ਰੋਬਲਮ? ਆਪਣੇ ਕਈ ਵਾਰੀ ਲੋਕ ਸੋਚਦੇ ਆ ਵੀ ਪੰਜਾਬੀ ਕਮਿਊਨਿਟੀ 'ਚ ਘੱਟ ਆ, ਪਰ ਮੇਰੇ ਖਿਆਲ ਦੇ ਵਿੱਚ ਜਿੰਨੀ ਹੋਰਨਾਂ ਕਮਿਊਨਿਟੀ 'ਚ ਹੁੰਦੀ ਆ ਉੰਨੀ ਪੰਜਾਬੀ ਕਮਿਊਨਿਟੀ 'ਚ ਹੁੰਦੀ ਆ, ਜਾਂ ਹੋ ਸਕਦਾ ਜ਼ਿਆਦਾ ਹੀ ਹੋਵੇ ਪੰਜਾਬੀ ਕਮਿਊਨਿਟੀ ਦੇ ਵਿੱਚ। ਸੋ ਜਿਹੜੀ ਡੋਮੈਸਟਿਕ ਵਾਇਲੈਂਸ ਹੈ, ਤੁਸੀਂ ਇਹਦੀਆਂ 7 ਕਿਸਮਾਂ ਦੱਸੀਆਂ, ਹਾਂਜੀ, ਸੋ ਇਹ ਚੀਜ਼ ਨੂੰ ਪਹਿਚਾਨਣਾ ਕਿਉਂ ਜ਼ਰੂਰੀ ਆ ਜਾਂ ਇਸ ਬਾਰੇ ਸਮਝ ਹੋਣੀ ਕਿਉਂ ਜ਼ਰੂਰੀ ਆ? ਕਿ ਲੋਕ ਕਹਿੰਦੇ ਨੇ ਵੀ ਸਾਡੀ ਕੀ ਪ੍ਰੋਬਲਮ ਆ, ਕਿਸੇ ਦੇ ਘਰ 'ਚ ਵਾਇਲੈਂਸ ਹੁੰਦੀ ਆ, ਅਸੀਂ ਕੀ ਲੈਣਾ? ਜਿਹੜੀ ਸਟੈਟਿਸਟਿਕਸ ਆ ਉਹ ਇਸ ਤਰ੍ਹਾਂ ਦੱਸਦੇ ਆ ਕਿ ਜਿਹੜੀ ਲੇਡੀਜ਼ ਆ, ਜੇ ਤੁਸੀਂ 3 ਲੇਡੀਜ਼ ਵਿੱਚ ਲੈ ਲਓ 1 ਲੇਡੀ ਵਿੱਚੋਂ, ਸੋ 33%, ਤੀਜਾ ਹਿੱਸਾ ਵਿਕਟਮ ਆ, ਹਾਂਜੀ, ਲੇਡੀਜ਼ ਦੇ ਆ। ਅਤੇ ਜਿਹੜੇ ਕਾਤਲ ਆ, ਜਿਹੜੇ ਮਰਡਰਸ ਹੁੰਦੇ ਆ ਲੇਡੀਜ਼ ਦੇ, 1/3 ਉਹਨਾਂ ਦੇ ਜਿਹੜੇ ਵਿਕਟਮਸ ਆ ਉਹ ਡੋਮੈਸਟਿਕ ਵਾਇਲੈਂਸ ਰਿਲੇਟਡ ਆ। ਸੋ ਇਹ ਜਿਹੜੀ ਵਾਇਲੈਂਸ ਆ ਇਹ ਬਹੁਤ ਵੱਡਾ ਨੁਕਸਾਨ ਹੁੰਦਾ ਇਹਦੇ ਨਾਲ, ਅਤੇ ਇਹ ਸਾਰੇ ਫੈਮਲੀ ਨੂੰ ਇਫੈਕਟ ਕਰਦੀ ਹੈ ਕਿਉਂਕਿ ਨਿਆਣਿਆਂ 'ਤੇ ਵੀ ਅਸਰ ਪੈਂਦਾ, ਜੇ ਨਿਆਣੇ ਉਹ ਵਾਇਲੈਂਸ ਦੇਖਦੇ ਆ ਨਿਆਣਿਆਂ ਨੇ ਉਹੀ ਵਾਇਲੈਂਸ ਸਿੱਖਣਾ, ਅਤੇ ਗਾਹਾਂ ਉਹਨਾਂ ਨੇ ਕਿਸੇ ਹੋਰ ਨਾਲ ਵੀ ਵਾਇਲੈਂਸ ਕਰਨੀ ਆ, ਤਾਂ ਜਿਹੜੀਆਂ ਕੁੜੀਆਂ ਆ ਉਹਨਾਂ ਨੇ ਡੋਮੈਸਟਿਕ ਵਾਇਲੈਂਸ ਵਾਲੀਆਂ ਰਿਲੇਸ਼ਨਸ਼ਿਪਸ ਦੇ ਵਿੱਚ ਪੈ ਜਾਣਾ। ਅਤੇ ਤੁਸੀਂ ਇਹ ਤਾਂ ਦੱਸਿਆ ਵੀ ਗੱਲ ਵਾਇਲੈਂਸ ਦੀ ਹੋਈ, ਉਹ ਤੋਂ ਪਹਿਲਾਂ ਤੁਸੀਂ ਕਈ ਗੱਲਾਂ ਦੱਸੀਆਂ, ਹਾਂਜੀ, ਵੀ ਜਿਹੜੀਆਂ ਬਹੁਤ ਜ਼ਿਆਦਾ ਕਾਮਨ ਨੇ, ਜਿਵੇਂ ਵੀ ਕਈ ਵਾਰੀ ਵੈਸੇ ਤਾਂ ਡੋਮੈਸਟਿਕ ਵਾਇਲੈਂਸ ਦੋਨੋਂ ਬੰਦੇ ਜਨਾਨੀ ਕੋਈ ਵੀ ਕਰ ਸਕਦਾ, ਪਰ ਅਕਸਰ ਬੰਦੇ ਜਨਾਨੀਆਂ ਨਾਲ ਜ਼ਿਆਦਾਤਰ ਕਰਦੇ ਨੇ, ਹਾਂਜੀ, ਵੀ ਜਿਵੇਂ ਉਹਨਾਂ ਨੂੰ ਉਹਨਾਂ ਦਾ ਬੈਂਕ ਅਕਾਊਂਟ ਉਹ ਅੱਡ, ਉਹਨਾਂ ਨੂੰ ਪੈਸੇ ਨਹੀਂ ਉਹ ਖਰਚ ਸਕਦੀਆਂ, ਹਾਂਜੀ, ਵੀ ਜੇ ਕੋਈ ਛੋਟੀ ਜਿਹੀ ਗਰੋਸਰੀ ਵੀ ਲੈਣੀ ਉਹ ਵੀ ਘਰ ਵਾਲੇ ਨੂੰ ਪੁੱਛ ਕੇ ਲਿਆ ਕੇ ਆਉਣੀ, ਹਾਂਜੀ, ਜੇ ਕੋਈ ਬੱਚਿਆਂ ਲਈ ਕੋਈ ਚੀਜ਼ ਲੈਣੀ ਉਹ ਵੀ ਹਸਬੈਂਡ ਤੋਂ ਬਿਨਾਂ ਨਹੀਂ ਲਿਆ ਸਕਦੇ, ਸੱਸ ਸਹੁਰੇ ਦੀ ਮਨਜ਼ੂਰੀ ਲੈਣੀ, ਹਾਂਜੀ, ਅਤੇ ਇਹ ਵੀ ਇੱਕ ਤਰ੍ਹਾਂ ਦੀ ਇਹ ਵੀ ਡੋਮੈਸਟਿਕ ਵਾਇਲੈਂਸ ਦਾ ਹੀ ਹਿੱਸਾ ਤੁਸੀਂ ਦੱਸਿਆ ਹੈਗਾ, ਰਾਈਟ? ਹਾਂਜੀ, ਅਤੇ ਜਿਹੜੀ ਸਟੈਟਿਸਟਿਕਸ ਆ, ਜਿਹੜੀ ਸਟੱਡੀਜ਼ ਆ, ਉਹਨਾਂ ਨੇ ਇੰਟਰਨੈਸ਼ਨਲ ਲੈਵਲ 'ਤੇ ਸਾਰਾ ਕੁਝ ਦੇਖਿਆ, ਅਤੇ ਇੰਡੀਆ ਦੇ ਵਿੱਚ ਜਿਹੜੀ ਇਕਨੋਮਿਕ ਵਾਇਲੈਂਸ ਵਾਇਲੈਂਸ ਆ, ਅਬਿਊਸ ਆ, ਉਹ ਬਹੁਤ ਕਾਮਨ ਆ। ਸੋ ਇੰਡੀਆ ਦੇ ਵਿੱਚ ਖਾਸ ਕਰਕੇ ਹੁੰਦਾ ਵੀ ਜਿਹੜੀ ਮਦਰ ਇਨ ਲਾਅ ਆ ਜਾਂ ਜਿਹੜੀ ਫਾਦਰ ਇਨ ਲਾਅ ਜਾਂ ਜਿਹੜਾ ਹਸਬੈਂਡ ਆ, ਉਹ ਜਿਹੜੀ ਲੇਡੀ ਆ ਉਹਨੂੰ ਖਾਣ 'ਤੇ ਵੀ ਉਹਨਾਂ ਨੇ ਪਾਬੰਦੀ ਲਾਈ ਹੁੰਦੀ ਆ ਵੀ ਜਿਹੜਾ ਖਾਣਾ ਉਹ ਜਦੋਂ ਅਸੀਂ ਤੁਹਾਨੂੰ ਕਹਿਣਾ ਤੂੰ ਖਾਣਾ ਉਦੋਂ ਹੀ ਤੁਸੀਂ ਖਾ ਸਕਦੇ ਆ, ਉੱਥੇ ਤੱਕ ਉਹਨਾਂ ਨੇ ਗੱਲ ਲਿਆਂਦੀ ਆ। ਸੋ ਉਹ ਜਿਹੜਾ ਬੰਦਾ ਹੈ ਉਹ ਆਪਣੇ ਆਪ ਨੂੰ ਸਲੇਵ ਹੀ ਸਮਝਦਾ ਕਿ ਇਹ ਮੇਰੇ ਮਾਸਟਰਸ ਆ, ਜੋ ਮੈਨੂੰ ਕਹੋਗੇ, ਜਦੋਂ ਇਹ ਕਹੋਗੇ ਉਦੋਂ ਹੀ ਮੈਨੂੰ ਕੁਛ ਮਿਲੂਗਾ। ਪਰ ਜਿਹੜੇ ਘਰਾਂ 'ਚ ਇੱਦਾਂ ਦਾ ਮਾਹੌਲ ਹੈ, ਉਸ ਚੀਜ਼ ਦਾ ਉਹ ਫੈਮਲੀ 'ਤੇ ਕੀ ਅਸਰ ਹੁੰਦਾ? ਹੁਣ ਜੇ ਤੁਸੀਂ ਕਾਮਨ ਦੇਖ ਲਓ, ਜਿਹੜਾ ਹਸਬੈਂਡ ਵਾਈਫ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੁੰਦਾ, ਅਤੇ ਜੇ ਉਸ ਫੈਮਲੀ ਦੇ ਵਿੱਚ ਐਕਸਟੈਂਡਡ ਫੈਮਲੀ ਮਾਂ ਪਿਓ ਰਹਿੰਦੇ ਆ ਜਾਂ ਕੋਈ ਭੈਣ ਭਰਾ ਰਹਿੰਦਾ ਜਾਂ ਬੱਚੇ ਰਹਿੰਦੇ ਆ, ਜਿਹੜਾ ਬੰਦਾ ਅਬਿਊਜ਼ਡ ਹੁੰਦਾ ਉਹ ਆਈਸੋਲੇਟਡ ਹੋ ਜਾਂਦਾ, ਕੋਈ ਉਹਨਾਂ ਦੇ ਨੇੜੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹ ਜਿਹੜਾ ਬੰਦਾ ਹੈ ਉਹ ਕਮਜ਼ੋਰ ਆ। ਸਾਡੀ ਹਿਊਮਨ ਨੇਚਰ ਇਹ ਆ ਵੀ ਜੇ ਕੋਈ ਵਾਇਲੈਂਟ ਸਿਚੁਏਸ਼ਨ ਹੋਵੇ ਜਾਂ ਕੋਈ ਸਟ੍ਰੈਸਫੁਲ ਸਿਚੁਏਸ਼ਨ ਹੋਵੇ, ਅਸੀਂ ਜਿਹੜਾ ਬੰਦਾ ਸਾਨੂੰ ਪਾਵਰਫੁਲ ਲੱਗਦਾ ਜਾਂ ਤਗੜਾ ਲੱਗਦਾ, ਅਸੀਂ ਉਹਨਾਂ ਨਾਲ ਅਲਾਈਨ ਕਰਨਾ ਚਾਹੁੰਦੇ ਹਾਂ। ਸੋ ਜਿਹੜੀ ਜੇ ਤੁਸੀਂ ਦੇਖ ਲਓ ਕਿ ਫੈਮਲੀ ਦੇ ਵਿੱਚ ਮਦਰ ਇਨ ਲਾਅ ਜਾਂ ਫਾਦਰ ਇਨ ਲਾਅ ਆ, ਉਹਨਾਂ ਨੇ ਆਪਣੇ ਮੁੰਡੇ ਦਾ ਸਾਈਡ ਲੈਣਾ ਕਿਉਂਕਿ ਉਹ ਮੁੰਡਾ ਜਿਹੜਾ ਆ ਉਹ ਤਕੜਾ ਲੱਗਦਾ ਉਸ ਰਿਲੇਸ਼ਨਸ਼ਿਪ ਦੇ ਵਿੱਚ। ਅਤੇ ਜਿਹੜੇ ਬੱਚੇ ਆ, ਬੱਚਿਆਂ ਨੇ ਦੇਖਣਾ ਵੀ ਮੇਰੀ ਮਾਂ ਤਾਂ ਮੈਨੂੰ ਪ੍ਰੋਟੈਕਟ ਕਰ ਨਹੀਂ ਸਕਦੀ,
ਮੇਰੀ ਮਾਂ ਨੂੰ ਤਾਂ ਆਪ ਪੁੱਛਣਾ ਪੈਂਦਾ ਵੀ ਮੈਂ ਸਟੋਰ ਨੂੰ ਜਾ ਕੇ ਆਹ ਕੁਛ ਲੈਣਾ, ਤੁਸੀਂ ਮੈਨੂੰ ਲਿਜਾਓਗੇ? ਸੋ ਉਹ ਬੱਚਿਆਂ ਨੂੰ ਵੀ ਇੱਦਾਂ ਹੀ ਲੱਗਦਾ ਵੀ ਜਿਹੜਾ ਬੰਦਾ ਗੁੱਸੇ ਖੋ ਰਿਹਾ, ਜਿਹੜਾ ਬੰਦਾ ਅਗਰੈਸਿਵ ਆ, ਜਿਹੜਾ ਬੰਦਾ ਅਬਿਊਜ਼ ਕਰਦਾ, ਉਹ ਤਕੜਾ, ਤਾਂ ਅਸੀਂ ਉਹਨਾਂ ਨਾਲ ਅਲਾਈਨ ਕਰਨਾ। ਅਤੇ ਉਹ ਜਿਹੜੇ ਬੱਚੇ ਆ, ਹੁਣ ਤੁਸੀਂ, ਮੈਂ 2 ਦਿਨ ਹੋਇਆ ਦੇਖਿਆ ਸੀ, ਬੱਚਾ ਸੀ ਉਹ ਹਲੇ ਰੁੜਦਾ ਸੀ, ਤੁਰ ਵੀ ਨਹੀਂ ਸਕਦਾ, ਪਰ ਉਹ CPR ਕਰਦਾ ਸੀ ਕਿਉਂਕਿ ਉਹਦੇ ਜਿਹੜੇ ਫਰੈਂਡ ਸੀਗੇ ਉਹ ਪੈਰਾਮੈਡਿਕ ਸੀਗੇ, ਅਤੇ ਉਸ ਬੱਚੇ ਨੇ ਦੇਖ ਦੇਖ ਕੇ ਉਹ ਸਿੱਖ ਲਿਆ ਵੀ ਇਹ ਮੈਰੀਜ ਕਰਨੀ ਆ। ਸੋ ਜਿਹੜੇ ਉਹ ਬੱਚੇ ਆ ਜਿਨ੍ਹਾਂ ਨੇ ਉਸ ਚੀਜ਼ ਨੂੰ ਆਪਣੇ ਘਰ ਦੇ ਵਿੱਚ ਦੇਖਿਆ, ਜਦੋਂ ਉਹ ਸਕੂਲ ਨੂੰ ਜਾਓਗੇ ਉਹ ਸੋਚਦੇ ਵੀ ਜੇ ਸਾਡੇ ਕੋਈ ਪ੍ਰੋਬਲਮ ਆ ਉਹਦਾ ਹੱਲ ਜਿਹੜਾ ਆ ਉਹ ਜਿੱਦਾਂ ਸਾਡੇ ਫਾਦਰ ਕਰਦੇ ਆ ਸਾਡੇ ਮਦਰ ਨਾਲ, ਉੱਦਾਂ ਹੀ ਸਾਨੂੰ ਕਰਨਾ ਚਾਹੀਦਾ, ਅਤੇ ਉਹ ਜਿਹੜਾ ਹੈਬਿਟ ਆ ਉਹ ਬਣ ਜਾਂਦਾ, ਅਤੇ ਉਹ ਜਦੋਂ ਵੱਡੇ ਹੁੰਦੇ ਆ ਉਹਨਾਂ ਦਾ ਉਹ ਪਰਸਨੈਲਿਟੀ ਬਣ ਜਾਂਦੀ ਆ। ਅਤੇ ਪਰ ਇਹ ਤਾਂ ਸਾਡੀ ਕਮਿਊਨਿਟੀ 'ਚ ਕਾਫੀ ਜਿਹੜਾ ਐਗਰੈਸਿਵ ਬਿਹੇਵੀਅਰ ਆ, ਆਪਣੀ ਕਮਿਊਨਿਟੀ 'ਚ ਕਾਫੀ ਜ਼ਿਆਦਾ, ਜਦੋਂ ਵੀ ਘਰਾਂ 'ਚੋਂ ਆਉਂਦਾ, ਮੇਰਾ ਖਿਆਲ ਘਰਾਂ 'ਚ ਵੀ ਆਉਂਦਾ, ਮੇਰਾ ਖਿਆਲ ਥੋੜ੍ਹਾ ਜਿਹਾ ਕਲਚਰਲ ਵੀ ਹੈਗਾ। ਹੁਣ ਤੁਸੀਂ ਆਮ ਕਰਕੇ ਤੁਸੀਂ ਆਮ ਤੌਰ 'ਤੇ ਦੇਖ ਲਓ ਗੁਰਦੁਆਰਿਆਂ ਦੇ ਵਿੱਚ ਵੀ ਲੜਾਈ ਹੁੰਦੀ ਆ, ਤੁਸੀਂ ਪਾਰਟੀਆਂ 'ਤੇ ਜਾਓ ਅਤੇ ਜਿਹੜੇ ਨੱਚਣ ਟੱਪਣ ਵਾਲੇ ਗਾਣੇ ਹੁੰਦੇ ਆ ਉਹਨਾਂ 'ਚ ਜਾਂ ਸ਼ਰਾਬ ਹੁੰਦੀ ਆ ਜਾਂ ਬਦਲਾ ਹੁੰਦਾ ਜਾਂ ਇਸ ਬੰਦੇ ਨੂੰ ਮੈਂ ਠੋਕ ਦੇਣਾ, ਮੈਂ ਗੋਲੀ ਮਾਰ ਦੇਣੀ ਆ। ਅਤੇ ਹੁਣ ਥੋੜ੍ਹਾ ਜਿਹਾ ਹਾਸੇ ਵਾਲੀ ਗੱਲ ਜੀ ਬਣਾ ਲਈ ਲੋਕਾਂ ਨੇ, ਪਰ ਆਪਣੇ ਵਿੱਚ ਇੱਦਾਂ ਲੋਕ ਗੱਲ ਕਰਦੇ ਜਿੱਦਾਂ ਗੁੱਸੇ ਹੋਣਾ ਜਾਂ ਮੈਨੂੰ ਗੁੱਸਾ ਬਹੁਤ ਛੇਤੀ ਚੜ੍ਹ ਜਾਂਦਾ, ਸਿਫ 'ਤੇ ਹੀ ਬਣਾ ਲਈ ਵੀ ਮੈਨੂੰ ਗੁੱਸਾ ਜ਼ਿਆਦਾ ਆਉਂਦਾ, ਅਤੇ ਲੋਕਾਂ ਨੇ ਐਕਸੈਪਟ ਕਰ ਲਿਆ ਵੀ ਇਹ ਠੀਕ ਆ ਵੀ ਇਸ ਬੰਦੇ ਨੂੰ ਗੁੱਸਾ ਆਉਂਦਾ, ਚਲੋ ਬੰਦਾ ਆ, ਬੰਦਿਆਂ ਨੂੰ ਗੁੱਸਾ ਆਉਂਦਾ ਹੀ ਆ, ਆਪਣੇ ਪੰਜਾਬੀ ਆ, ਸਾਡਾ ਗਰਮ ਖੂਨ ਆ, ਅਤੇ ਇਸ ਤਰ੍ਹਾਂ ਥੋੜ੍ਹਾ ਜਿਹਾ ਅਸੀਂ ਜਸਟੀਫਾਈ ਕਰ ਲਿਆ ਵੀ ਜਿਹੜਾ ਗੁੱਸਾ ਹੈ ਉਹ ਠੀਕ ਆ ਜਾਂ ਐਕਸੈਪਟੇਬਲ ਆ। ਨਹੀਂ ਦੇਖਿਆ ਜਿਹੜੇ ਅਕਸਰ ਜਿਹੜੇ ਸਿਆਣੇ ਲੋਕ ਨੇ ਜਾਂ ਸਿਆਣੀ ਸਮਾਜ ਹੈ, ਸਿਆਣਾ ਕਲਚਰ ਆ, ਸਿਆਣੇ ਕਲਚਰ ਆ, ਹਾਂਜੀ, ਉੱਥੇ ਕੋਈ ਕੋਈ ਕਿਸੇ ਵਿਚਾਰਾਂ ਦੀ ਭਿੰਨਤਾ ਜਾਂ ਕੋਈ ਡਿਸਐਗਰੀਮੈਂਟ ਆ ਉਹਨੂੰ ਬੈਠ ਕੇ ਗੱਲਬਾਤ ਕਰਕੇ ਸੁਲਝਾ ਲਿਆ ਜਾਂਦਾ। ਹਾਂਜੀ, ਸਾਡੀ ਕਮਿਊਨਿਟੀ 'ਚ ਅਕਸਰ ਅਸੀਂ ਗੱਲਬਾਤ ਦੀ ਬਜਾਏ ਲੜਾਈ ਝਗੜਾ ਜਾਂ ਮੁਕੱਦਮੇਬਾਜ਼ੀ ਦਾ ਤਰੀਕਾ ਅਖਤਿਆਰ ਕਰਦੇ ਹਾਂ। ਹਾਂਜੀ, ਤੁਸੀਂ ਸੋਚਦੇ ਹੋ ਵੀ ਇਹ ਜਿਹੜੀ ਸੋਚ ਹੈ ਘਰਾਂ ਦੇ ਵਿੱਚੋਂ ਜਿੱਦਾਂ ਉਹਨਾਂ ਦਾ ਮਾਹੌਲ ਆ ਉਹਦੀ ਮਤਲਬ ਉਹਨੂੰ ਰਿਪ੍ਰੈਜੈਂਟ ਕਰਦੀ ਆ ਜਾਂ ਇਹ ਸਿਰਫ ਕਲਚਰਲ ਟ੍ਰੈਂਡ ਆ? ਮੇਰਾ ਖਿਆਲ ਜਿਹੜਾ ਆ ਇਹ ਜਿਸ ਤਰ੍ਹਾਂ ਇੱਥੇ ਅਸੀਂ US ਦੇ ਵਿੱਚ ਵਿਸ਼ਸ ਸਾਈਕਲ ਕਹਿੰਦੇ ਹਾਂ, ਜਿਹੜੀ ਚੀਜ਼ ਤੁਸੀਂ ਘਰ ਦੇ ਵਿੱਚ ਪੈਦਾ ਕਰਦੇ ਆ ਉਹ ਜਦੋਂ ਕਮਿਊਨਿਟੀ ਦੇ ਵਿੱਚ ਤੁਸੀਂ ਦੇਖਦੇ ਹੋ ਫਿਰ ਕਮਿਊਨਿਟੀ ਤੋਂ ਤੁਸੀਂ ਫਿਰ ਆਪਣੇ ਘਰ ਨੂੰ ਮੁੜ ਕੇ ਲਿਆਉਂਦੇ ਆ। ਸੋ ਇਹ ਜਿਹੜੀ ਚੀਜ਼ ਆ ਇਹ ਇੱਕ ਦੂਜੇ ਨੂੰ ਰੀਇਨਫੋਰਸ ਕਰੀ ਜਾਂਦੀ ਹੈ। ਸੋ ਜੇ ਤੁਹਾਡਾ ਘਰ 'ਚ ਗੁੱਸਾ ਚੱਲਦਾ ਤੁਹਾਡੀ ਉੱਥੇ ਫਰਸਟ੍ਰੇਸ਼ਨ ਆ, ਤੁਸੀਂ ਬਾਹਰ ਜਾ ਕੇ ਵੀ ਉਹੀ ਫਰਸਟ੍ਰੇਸ਼ਨ ਦਿਖਾਓ। ਫਿਰ ਉਹ ਨਿਆਣੇ ਸਕੂਲ ਲੈ ਜਾਂਦੇ ਨੇ, ਦੂਜੇ ਨਿਆਣੇ ਨਾਲ ਲੜਾਈ ਕਰਦੇ ਨੇ, ਹਾਂਜੀ, ਅਤੇ ਜਿਹੜੇ ਵੱਡੇ ਨੇ ਉਹ ਗੁਰੂ ਘਰਾਂ ਜਾਂ ਕਮਿਊਨਿਟੀ ਔਰਗਨਾਈਜੇਸ਼ਨ ਜਾਂ ਇੰਸਟੀਟਿਊਸ਼ਨ 'ਚ ਲੈ ਜਾਂਦੇ ਨੇ। ਹਾਂਜੀ, ਸੋ ਇਸ ਚੀਜ਼ ਬਾਰੇ ਆਪਣੀ ਕਮਿਊਨਿਟੀ 'ਚ ਅਵੇਅਰਨੈਸ ਵਧਾਉਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ? ਪਹਿਲੀ ਗੱਲ ਤਾਂ ਜਿਸ ਤਰ੍ਹਾਂ ਅਸੀਂ ਹੁਣ ਅੱਜ ਗੱਲ ਕਰਦੇ ਹਾਂ ਵੀ ਇਹ ਜਿਹੜੀ ਪ੍ਰੋਬਲਮ ਆ ਇਹ ਹੈਗੀ ਆ, ਮੰਨਣਾ ਚਾਹੀਦਾ ਵੀ ਪ੍ਰੋਬਲਮ ਐਗਜ਼ਿਸਟ ਕਰਦੀ ਆ, ਮੰਨਣਾ ਚਾਹੀਦਾ ਪ੍ਰੋਬਲਮ ਐਗਜ਼ਿਸਟ ਕਰਦੀ ਆ। ਦੂਸਰੀ ਗੱਲ ਆ ਜਿਹੜੀ ਲੇਡੀਜ਼ ਨੂੰ ਹੁੰਦਾ ਆ ਉਹਨਾਂ ਨੂੰ ਕਿਸੇ ਨੂੰ ਦੱਸਣਾ ਚਾਹੀਦਾ, ਅਤੇ ਜਿਹਨਾਂ ਨੂੰ ਦੱਸਿਆ ਜਾਂਦਾ, ਜਿਹੜੇ ਸੁਣਦੇ ਆ ਵੀ ਇਹ ਸਾਡੇ ਨਾਲ ਕੁਛ ਹੁੰਦਾ, ਉਹਨਾਂ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ, ਅਤੇ ਕੰਫੀਡੈਂਸ਼ੀਐਲਿਟੀ ਵੀ ਹੋਣੀ ਚਾਹੀਦੀ ਆ ਵੀ ਜੇ ਕਿਸੇ ਨੂੰ ਦੱਸਿਆ ਮੈਂ ਇਸ ਬੰਦੇ ਨੂੰ ਸਪੋਰਟ ਦੇਣੀ ਆ। ਥੋੜ੍ਹੇ ਕੀਤੇ ਕੀ ਹੁੰਦਾ, ਕੋਈ ਕਹਿੰਦਾ ਵੀ ਮੇਰੇ ਘਰ 'ਚ ਇੱਦਾਂ ਹੁੰਦਾ ਅਤੇ ਜਿਹੜਾ ਦੂਸਰਾ ਬੰਦਾ ਹੁੰਦਾ, ਜਾਂ ਜੇ ਕੋਈ ਲੇਡੀ ਨੂੰ ਦੱਸਦੀ ਹੈ ਅਤੇ ਉਹ ਲੇਡੀ ਆਪਣੇ ਹਸਬੈਂਡ ਨੂੰ ਦੱਸਦੀ ਹੈ ਵੀ ਫਲਾਣੇ ਨੇ ਮੈਨੂੰ ਇੱਦਾਂ ਦੱਸਿਆ ਵੀ ਇੱਦਾਂ ਹੁੰਦਾ, ਆਪਣੇ ਖਾਸ ਕਰਕੇ ਤਾਂ ਕਹਿ ਦਿੰਦੇ ਆ ਵੀ ਚੱਲ ਅਸੀਂ ਕੀ ਲੈਣਾ ਉਹਨਾਂ ਦੇ ਘਰ 'ਚ ਹੁੰਦਾ, ਉਹਨਾਂ ਦੀ ਗੱਲ ਆ, ਅਸੀਂ ਵਿੱਚ ਨਹੀਂ ਬਣਨਾ। ਸੋ ਥੋੜ੍ਹੀ ਜਿਹੀ ਸਪੋਰਟ ਇੱਕ ਦੂਜੇ ਨੂੰ ਦੇਣੀ ਪੈਣੀ ਆ, ਅਤੇ ਹੌਲੀ ਹੌਲੀ ਇਹ ਜਿਹੜੀ ਗੱਲ ਆ ਇਹ ਅੱਗੇ ਵਧੂਗੀ ਅਤੇ ਠੀਕ ਹੋ ਸਕਦੀ ਆ। ਅਤੇ ਆਪਾਂ ਜਿਹੜਾ ਇਸ ਟੋਪਿਕ 'ਤੇ ਜਿਹੜੀ ਗੱਲ ਕਰਨ ਨੂੰ ਬਹੁਤ ਟਾਈਮ ਚਾਹੀਦਾ, ਪਰ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਵੀ ਅਕਸਰ ਇਹ ਕਿਹਾ ਜਾਂਦਾ ਵੀ ਜੇ ਤੁਹਾਨੂੰ ਲੱਗਦਾ ਵੀ ਇੱਦਾਂ ਦਾ ਹੀ ਸਿਚੁਏਸ਼ਨ ਆ ਗਈ ਹੈ ਘਰ ਦੇ ਵਿੱਚ ਵੀ ਲੇਡੀ ਥਰੈਟਨਡ ਫੀਲ ਕਰਦੀ ਆ ਵੀ ਉਹਦੇ ਨਾਲ ਵਾਇਲੈਂਸ ਹੋਣੀ ਹੈ ਵੀ 911 ਨੂੰ ਕਾਲ ਕਰ ਦਿਉ, ਕਈ ਵਾਰੀ ਲੇਡੀਜ਼ ਕਾਲ ਵੀ ਦਿੰਦੀ ਆ 911, ਪਰ ਉਹਦੇ ਨਾਲ ਕਈ ਵਾਰੀ ਇਹ ਹੁੰਦਾ ਵੀ ਉਹਨਾਂ ਦੇ ਹਸਬੈਂਡ ਵਾਈਫ ਜਿਹੜੇ ਰਿਲੇਸ਼ਨਸ ਨੇ ਉਹ ਸਦਾ ਲਈ ਖਰਾਬ ਹੋ ਜਾਂਦੇ ਨੇ। ਵੀ ਇਹ 911 ਕਾਲ ਕਰਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ, ਇਸ ਦੇ ਅਦਰ ਵੇ ਟੂ ਵੀ ਇਹ ਤੋਂ ਪਹਿਲਾਂ ਕੋਈ ਸਲੂਸ਼ਨ ਹੈਗਾ ਵੀ ਪ੍ਰੋਬਲਮ ਨੂੰ ਰੋਕਿਆ ਜਾ ਸਕੇ, ਇੰਨੇ ਹਾਲਾਤ ਹੀ ਨਾ ਪੈਦਾ ਹੋਣ? ਹਾਂਜੀ, ਇੱਕ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ, ਇੱਥੇ US ਦੇ ਵਿੱਚ ਖਾਸ ਕੈਲੀਫੋਰਨੀਆ ਦੇ ਵਿੱਚ ਇੱਦਾਂ ਆ ਕਿ ਜੇ ਤੁਸੀਂ 911 ਨੂੰ ਫੋਨ ਕਰਦੇ ਹਾਂ ਤਾਂ ਤੁਸੀਂ ਐਲੀਗੇਸ਼ਨ ਵੀ ਬਣਾਉਂਦੇ ਆ ਕਿ ਡੋਮੈਸਟਿਕ ਵਾਇਲੈਂਸ ਹੁੰਦੀ ਆ, ਮੈਂਡੇਟੋਰੀ ਅਰੈਸਟ ਆ। ਸੋ ਜੇ ਤੁਸੀਂ 911 ਨੂੰ ਫੋਨ ਕਰਦੇ ਆ ਤਾਂ ਕਿਹਾ ਵੀ ਮੇਰੇ ਹਸਬੈਂਡ ਨੇ ਮੈਨੂੰ ਥਰੈਟਨ ਕੀਤਾ, ਉਹਨਾਂ ਨੇ ਤੁਹਾਡੇ ਹਸਬੈਂਡ ਨੂੰ 100% ਅਰੈਸਟ ਕਰਨਾ ਹੀ ਕਰਨਾ ਪੈਂਦਾ। ਸੋ
ਉੱਦਾਂ ਹੀ ਨਾ ਕੋਈ ਚੱਕ ਕੇ ਫੋਨ ਕਰ ਦੇਵੇ ਵੀ ਗੁੱਸੇ ਦੇ ਵਿੱਚ, ਕਈ ਵਾਰੀ ਲੇਡੀਜ਼ ਵੀ ਗੁੱਸੇ ਦੇ ਵਿੱਚ ਕਰਕੇ ਕਰ ਦਿੰਦੀਆਂ, ਇੱਦਾਂ ਨਹੀਂ ਹੋਣਾ ਚਾਹੀਦਾ। ਪਰ ਉਸ ਤੋਂ ਪਹਿਲਾਂ ਮੇਰਾ ਖਿਆਲ ਸਾਰੀ ਫੈਮਿਲੀ ਨੂੰ ਇਕੱਠਿਆਂ ਬਹਿ ਕੇ, ਜਿਹੜੇ ਮੁੰਡੇ ਦੇ ਮਾਂ ਪਿਓ ਆ, ਜਿਹੜੇ ਕੁੜੀ ਦੇ ਮਾਂ ਪਿਓ ਆ, ਉਹਨਾਂ ਨੂੰ ਇੱਕ ਦੂਜੇ ਸਿਆਣੇ ਬਣ ਕੇ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਗੱਲ ਕਰਕੇ ਕਹਿਣਾ ਚਾਹੀਦਾ ਵੀ ਇਹ ਜਿਹੜੀ ਪ੍ਰੋਬਲਮ ਆ ਇਹ ਇੱਕ ਇਕੱਲਾ ਬੰਦਾ ਨਹੀਂ ਇਹਨੂੰ ਸੋਲਵ ਕਰ ਸਕਦਾ, ਕਿਉਂਕਿ ਜਿਹੜਾ ਅਬਿਊਜ਼ਰ ਆ ਉਹ ਅਬਿਊਜ਼ਰ ਅਬਿਊਸ ਵੀ ਤਾਂ ਕਰਦਾ ਕਿਉਂਕਿ ਜਾਂ ਉਹਨੇ ਆਪ ਅਬਿਊਜ਼ ਦੇਖਿਆ ਜਾਂ ਉਹਦੀ ਕੋਈ ਫਰਸਟ੍ਰੇਸ਼ਨ ਆ ਜਿਹੜੀ ਉਹ ਨਹੀਂ ਹੈਂਡਲ ਕਰ ਸਕਦਾ। ਹਾਂਜੀ, ਅਤੇ ਉਹਦੇ ਵਾਸਤੇ ਜੁਆਇੰਟ ਐਫਰਟ ਚਾਹੀਦੀ ਹੈ ਸਾਰੀ ਫੈਮਿਲੀ ਦੀ ਤਾਂ ਕਿ ਉਹ ਹੱਲ ਲੱਭ ਸਕਦੇ ਆ। ਸੋ ਪਿਆਰੇ ਸਰੋਤੇ, ਸਾਨੂੰ ਉਮੀਦ ਹੈ ਕਿ ਤੁਸੀਂ ਹਾਲੇ ਥਾਈਂ ਦਾ ਪ੍ਰੋਗਰਾਮ ਪਸੰਦ ਕਰ ਰਹੇ ਹੋ। ਅਸੀਂ ਜਿਹੜਾ ਸੈਕਿੰਡ ਪਾਰਟ ਆ ਇਸ ਪ੍ਰੋਗਰਾਮ ਦਾ, ਉਹਦੇ ਵਿੱਚ ਇਹਦੇ ਸਲਿਊਸ਼ਨਸ ਅਤੇ ਜਿਹੜੇ ਸਾਡੀ ਕਮਿਊਨਿਟੀ 'ਚ ਕੀ ਰਿਸੋਰਸਿਸ ਐਗਜਿਸਟ ਕਰਦੇ ਨੇ ਜਾਂ ਹੋਰ, ਅਸੀਂ ਇਸ ਡਿਟੇਲ 'ਚ ਇਸ ਟੋਪਿਕ ਬਾਰੇ ਗੱਲ ਕਰਾਂਗੇ। ਲੋ ਪਲੀਜ਼ ਥੋੜ੍ਹੀ ਜਿਹੀ ਬ੍ਰੇਕ ਦੇ ਲਈ ਤੁਸੀਂ, ਤੁਹਾਨੂੰ ਥੋੜ੍ਹਾ ਸਮਾਂ ਦਿਓ, ਅਸੀਂ ਤੁਹਾਨੂੰ ਦੁਬਾਰਾ ਮਿਲਦੇ ਹਾਂ। ਸਾਨੂੰ ਉਮੀਦ ਹੈ ਕਿ ਤੁਸੀਂ ਹਾਲੇ ਥਾਈਂ ਦਾ ਪ੍ਰੋਗਰਾਮ ਪਸੰਦ ਕਰ ਰਹੇ ਹੋ। ਅਸੀਂ ਅੱਜ ਗੱਲ ਕਰ ਰਹੇ ਹਾਂ ਇੱਕ ਬੜੇ ਹੀ ਡਿਫੀਕਲਟ, ਮੈਂ ਕਹਾਂਗਾ ਮੁਸ਼ਕਲ ਟੋਪਿਕ ਹੈ, ਡੋਮੈਸਟਿਕ ਵਾਇਲੈਂਸ, ਘਰੇਲੂ ਹਿੰਸਾ। ਸਾਡੇ ਨਾਲ ਗੱਲ ਕਰ ਰਹੇ ਨੇ ਵਕੀਲ ਅਟਰਨੀ, ਜੋ ਕਿ ਇੱਥੇ ਸੈਕਰਾਮੈਂਟੋ ਕਾਊਂਟੀ ਦੇ ਡਿਪਟਿਕ ਡਿਸਟ੍ਰਿਕਟ ਅਟਰਨੀ ਨੇ, ਅਮਰ ਸਿੰਘ। ਅਮਰ ਸਿੰਘ, ਜਿਹੜੀ ਬੱਚੇ ਨੇ ਜਿਹੜੇ ਇੱਦਾਂ ਦੇ ਮਾਹੌਲ 'ਚ ਪੈਦਾ ਹੋ ਰਹੇ ਨੇ, ਉਹਨਾਂ ਦੀ ਪੜ੍ਹਾਈ ਅਤੇ ਉਹਨਾਂ ਦੀ ਮਨ ਦੀ ਦਸ਼ਾ 'ਤੇ ਜਾਂ ਉਹਨਾਂ 'ਤੇ ਕੀ ਅਸਰ ਪੈਂਦਾ ਹੈ ਚੀਜ਼ਾਂ ਦਾ? ਜਿਹੜੇ ਬੱਚੇ ਆ ਉਹਨਾਂ ਦੇ ਸਾਰੇ ਜਿਹੜੇ ਐਸਪੈਕਟਸ ਲਾਈਫ 'ਤੇ ਆ ਉਹਨਾਂ 'ਤੇ ਅਸਰ ਪੈਣਾ, ਉਹਨਾਂ ਦੀ ਸਿਹਤ 'ਤੇ ਅਸਰ ਪੈਣਾ, ਉਹਨਾਂ 'ਤੇ ਜਦੋਂ ਸਟ੍ਰੈਸ ਪੈਂਦੀ ਆ ਉਹਨਾਂ ਦੇ ਇਮਿਊਨ ਸਿਸਟਮ, ਡਿਪਰੈਸ਼ਨ ਵੀ ਹੋ ਸਕਦੀ ਹੈ ਅਤੇ ਉਹਨਾਂ ਦੀ ਸਿਹਤ ਖਰਾਬ ਹੋ ਸਕਦੀ ਆ। ਪੜ੍ਹਾਈ 'ਤੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਦਾ ਧਿਆਨ ਉੱਧਰ ਹੋਣਾ, ਉਹਨਾਂ ਦੀ ਜਿਹੜੀ ਬਿਹੇਵੀਅਰ ਆ ਟੀਚਰਾਂ ਨਾਲ ਜਾਂ ਦੂਸਰੇ ਸਟੂਡੈਂਟਸ ਨਾਲ, ਉਹ ਸਫਰ ਹੋਣੀ ਆ, ਕਿਉਂਕਿ ਉਹਨਾਂ ਦਾ ਜਿਹੜਾ ਇੰਟਰੈਕਸ਼ਨ ਆ, ਜਿਹੜੀ ਰਿਲੇਸ਼ਨਸ਼ਿਪਸ ਆ, ਉਹ ਖਰਾਬ ਹੋ ਹੁੰਦੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਮਾਡਲ ਆ ਜਿੱਥੋਂ ਉਹਨਾਂ ਨੇ ਸਿੱਖਣਾ ਪਈ ਇੱਕ ਦੂਸਰੇ ਨਾਲ ਕਿੱਦਾਂ ਰਹਿਣਾ, ਇੰਟਰੈਕਸ਼ਨ ਕਿੱਦਾਂ ਹੋਣੀ ਚਾਹੀਦੀ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਿੱਖ ਉਹ ਚੰਗੀ ਤਰ੍ਹਾਂ ਨਹੀਂ ਸਿੱਖਦੇ, ਉਹਨਾਂ ਨੂੰ ਉਲਟ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਉਹ ਆਪਣੇ ਫਰੈਂਡਸ ਨੂੰ ਦੇਖਦੇ ਆ। ਅਤੇ ਦੂਸਰੀ, ਉਹਨਾਂ ਦਾ ਜਿਹੜਾ ਘਰ ਦਾ ਇਨਵਾਇਰਮੈਂਟ ਆ ਉਹ ਕਿਸੇ ਨੂੰ ਟਰੱਸਟ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਜਿਹੜਾ ਅਬਿਊਜ਼ਡ ਬੰਦਾ ਆ ਉਹ ਉਹਨਾਂ ਨੂੰ ਕਮਜ਼ੋਰ ਲੱਗਦਾ, ਉਹਨੂੰ ਉਹਨਾਂ ਨੇ ਉਹਨਾਂ ਲਈ ਉਹਨਾਂ ਨੇ ਉਹਨੂੰ ਉਹਦੇ ਕੋਲ ਤਾਂ ਜਾਣਾ ਹੀ ਨਹੀਂ ਹੈਲਪ ਕਰਨ ਲਈ, ਅਤੇ ਜਿਹੜਾ ਅਬਿਊਜ਼ਰ ਆ ਉਹਨਾਂ ਤੋਂ ਉਹ ਡਰਦੇ ਆ। ਸੋ ਦੂਜਾ, ਮੈਂ ਦੇਖਿਆ ਆਪਾਂ ਲੇਡੀਜ਼ ਦੀ ਗੱਲ ਵੀ ਕਰਨੀ ਆ, ਪਰ ਮੈਂ ਦੇਖਿਆ ਕਿ ਬਜ਼ੁਰਗ ਨੇ, ਹਾਂਜੀ, ਕਿ ਘਰਾਂ 'ਚ ਇੱਦਾਂ ਦੇ ਹਾਲਾਤਾਂ 'ਚ ਰਹਿ ਰਹੇ ਨੇ ਵੀ ਉਹ ਵਿਚਾਰੇ ਸਿਆਣੇ ਹੋ ਗਏ ਨੇ ਜਾਂ ਕਾਰ ਨਹੀਂ ਚਲਾ ਸਕਦੇ, ਇੰਗਲਿਸ਼ ਨਹੀਂ ਬੋਲ ਸਕਦੇ, ਉਹ ਕੰਪਲੀਟਲੀ ਆਪਣੇ ਬੱਚਿਆਂ 'ਤੇ ਜਾਂ ਆਪਣੇ ਗ੍ਰੈਂਡ ਚਿਲਡਰਨ 'ਤੇ ਡਿਪੈਂਡੈਂਟ ਹੈ, ਅਤੇ ਉਹ ਨਾ ਵਿਚਾਰੇ ਗਰੋਸਰੀ ਲਿਆ ਸਕਦੇ ਨੇ, ਅਤੇ ਉਹ ਕਈ ਵਾਰੀ ਡਾਕਟਰ ਦੀ ਅਪੁਆਇੰਟਮੈਂਟ 'ਤੇ ਵੀ ਨਹੀਂ ਜਾ ਸਕਦੇ, ਉਹ ਬੱਚਿਆਂ 'ਤੇ ਡਿਪੈਂਡੈਂਟ ਆ, ਅਤੇ ਬੱਚੇ ਕਹਿੰਦੇ ਨੇ ਸਾਡੇ ਕੋਲ ਟਾਈਮ ਨਹੀਂ। ਹਾਂਜੀ, ਇਹ ਕਿਹੜੀ ਕੈਟੇਗਰੀ 'ਚ ਆਉਂਦੀ ਹੈ ਇੱਦਾਂ ਦੀ ਪ੍ਰੋਬਲਮ? ਇਹ ਜਿਹੜੀ ਐਲਡਰ ਅਬਿਊਸ ਆ ਜਾਂਦੀ ਆ, ਅਤੇ ਆਪਣੇ ਕਮਿਊਨਿਟੀ ਦੇ ਵਿੱਚ ਇਹ ਬਹੁਤ ਜ਼ਿਆਦਾ ਸੀਰੀਅਸ ਆ, ਕਿਉਂਕਿ ਜ਼ਿਆਦਾ ਤਾਂ ਜਿਹੜੇ ਸਾਡੇ ਇੱਥੇ ਬਜ਼ੁਰਗ ਆਏ ਆ ਉਹ ਇੰਡੀਆ ਤੋਂ ਰਿਟਾਇਰ ਹੋ ਕੇ ਇੱਥੇ ਆਏ ਆ, ਉਹਨਾਂ ਦੇ ਪੋਤੇ ਦੋਤੀਆਂ ਹੁੰਦੇ ਆ ਅਤੇ ਉਹਨਾਂ ਨੇ ਉਹਨਾਂ ਦੀ ਦੇਖਭਾਲ ਕਰਨੀ ਆ, ਅਤੇ ਆਮ ਉਹਨਾਂ ਦੀ ਕੰਪਲੇਂਟ ਇਹ ਹੁੰਦੀ ਆ ਵੀ ਸਾਨੂੰ ਇੱਥੇ ਸੱਦ ਲਿਆ ਸੀ, ਬੇਬੀ ਸਿਟਰ ਹੀ ਬਣ ਗਏ ਅਤੇ ਉਹ ਘਰ ਦੇ ਵਿੱਚ ਕੈਦ ਆ। ਹੁਣ ਯੂਨੀਵਰਸਿਟੀ ਹੋਇਆ, ਸੈਕਰਮੈਂਟੋ ਹੋਇਆ, ਬੇ ਏਰੀਆ ਹੋਇਆ, ਉਹਨਾਂ ਨੂੰ ਥੋੜ੍ਹੀ ਜਿਹੀ ਤਾਂ ਆਊਟਲੈਟ ਹੈਗੀ ਆ, ਉਹ ਤੁਰ ਕੇ ਪਾਰਕ ਜਾ ਕੇ ਬਹਿ ਸਕਦੇ ਆ, ਹੋਰਨਾਂ ਬਜ਼ੁਰਗਾਂ ਨਾਲ ਗੱਲਬਾਤ ਕਰ ਸਕਦੇ ਆ। ਪਰ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੂੰ ਗਰੋਸਰੀ ਸਟੋਰ ਜਾਣਾ ਜਾਂ ਡਾਕਟਰ ਦੀ ਅਪੁਆਇੰਟਮੈਂਟ ਜਾਣਾ, ਉਹ ਜਿਹੜੀ ਖੋਲ੍ਹਿਆ ਜਾਂ ਜਿਹੜੀ ਇੰਡੀਪੈਂਡੈਂਸ ਉਹਨਾਂ ਨੂੰ ਇੰਡੀਆ ਦੇ ਵਿੱਚ ਸੀਗੀ ਜਾਂ ਉਹਨਾਂ ਦੀ ਜਵਾਨੀ ਵੇਲੇ ਸੀਗੀ, ਉਹ ਹੁਣ ਹੈ ਨਹੀਂ, ਅਤੇ ਉਹਦੇ ਨਾਲ ਕੀ ਹੁੰਦਾ, ਜਦੋਂ ਬੰਦਾ ਅਬਿਊਸਿਵ ਆ, ਉਹ ਥੱਕਿਆ ਹਾਰਿਆ ਕੰਮ ਤੋਂ ਆਉਂਦਾ, ਅਤੇ ਉਹ ਫਿਰ ਬਜ਼ੁਰਗ ਕਹਿੰਦਾ ਵੀ ਮੈਨੂੰ ਇੱਥੇ ਲੈ ਕੇ ਜਾਓ, ਉੱਥੇ ਲੈ ਕੇ ਜਾਓ, ਅਤੇ ਉਹ ਨਹੀਂ ਹੁੰਦਾ, ਉਹ ਜਿਹੜਾ ਬਜ਼ੁਰਗ ਆ ਉਹਨਾਂ ਨੂੰ ਫਿਰ ਡਿਪਰੈਸ਼ਨ ਅਤੇ ਹੋਰ ਜਿਹੜੀਆਂ ਹੈਲਥ ਇਸ਼ੂਜ਼ ਆ ਉਹ ਵੱਧਦੀਆਂ। ਇਹ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ। ਹਾਂਜੀ, ਸੋ ਮੈਨੂੰ ਇਹ ਦੱਸੋ ਵੀ ਜਿਹੜਾ ਬੰਦਾ ਵੀ ਹੁਣ ਵਿਚਾਰਾ ਕੰਮ ਕਰਕੇ ਆਇਆ 12 ਘੰਟੇ, ਹਾਂਜੀ, ਫਿਰ ਘਰ ਆ ਕੇ ਕਈ ਬੰਦੇ ਤਾਂ ਦਾਰੂ ਪੀ ਕੇ ਬਹਿ ਜਾਂਦੇ ਟੀ ਵੀ ਅੱਗੇ, ਉਹ ਕਹਿੰਦੇ ਮੇਰੇ ਕੋਲ ਟਾਈਮ ਨਹੀਂ, ਮੈਨੂੰ ਰਿਲੈਕਸ ਕਰ ਲੈਣ ਦੇ। ਸੋ ਦੇ ਆਰ ਵੈਰੀ ਕੰਪਲੀਕੇਟ, ਸਾਰੇ ਇਸ਼ੂ ਇੱਕ ਦੂਜੇ ਨਾਲ ਜੁੜੇ ਹੋਏ ਨੇ। ਹਾਂਜੀ, ਸਾਡੀ ਕਮਿਊਨਿਟੀ ਨੂੰ ਕੀ ਕਰਨਾ ਚਾਹੀਦਾ ਵੀ ਇਹੋ ਜਿਹੀਆਂ ਪ੍ਰੋਬਲਮਸ ਨੂੰ ਅਸੀਂ ਆਪਣੀ ਕਮਿਊਨਿਟੀ 'ਚ ਘਟਾ ਸਕੀਏ, ਆਪਣੀ ਕਮਿਊਨਿਟੀ ਦਾ ਜਿਹੜਾ ਜਿਹੜੀ ਕੰਡੀਸ਼ਨ ਉਹਨੂੰ ਇੰਪਰੂਵ ਕਰ ਸਕੀਏ, ਕੀ ਕਰਨਾ ਚਾਹੀਦਾ ਅਤੇ ਕੀ ਰਿਸੋਰਸਿਸ ਆਲਰੇਡੀ ਐਗਜਿਸਟ ਕਰਦੇ ਨੇ? ਜਿਹੜੇ ਰਿਸੋਰਸਿਸ ਆਲਰੇਡੀ ਐਗਜਿਸਟ ਕਰਦੇ ਆ, ਇੱਕ ਤਾਂ ਹੈਗਾ ਵੀਵ, ਉਹ ਵੀਵ ਜਿਹੜਾ ਆ ਉਹ ਆਮ ਜਨਰਲ
ਅਸਿਸਟੈਂਸ ਆ ਫੈਮਲੀਜ਼ ਵਾਸਤੇ, ਖਾਸ ਕਰਕੇ ਲੇਡੀਜ਼ ਲਈ ਜਿਹੜੇ ਡੋਮੈਸਟਿਕ ਵਾਇਲੈਂਸ ਰਿਲੇਸ਼ਨਸ਼ਿਪ ਦੇ ਵਿੱਚ ਆ। ਥੋੜ੍ਹਾ ਦੱਸੋਗੇ ਕੀ ਵੀਵ ਦਾ ਮਤਲਬ ਕੀ ਆ? ਵੀਵ ਆਰਗੇਨਾਈਜੇਸ਼ਨ ਆ ਜਿਹੜੀ ਡੋਮੈਸਟਿਕ ਵਾਇਲੈਂਸ ਵਿਕਟਮਸ ਦੀ ਅਸਿਸਟੈਂਸ ਕਰਦੀ ਆ, ਮਦਦ ਕਰਦੀ ਆ। ਹਾਂਜੀ, ਜੇ ਤੁਹਾਨੂੰ ਘਰ ਤੋਂ ਜਾਣਾ ਪੈਂਦਾ ਤਾਂ ਤੁਹਾਨੂੰ ਕੋਈ ਸ਼ੈਲਟਰ ਚਾਹੀਦੀ ਆ, ਜਾਂ ਤੁਹਾਨੂੰ ਕੱਪੜੇ ਚਾਹੀਦੇ ਆ, ਜਾਂ ਤੁਹਾਨੂੰ ਇਮੀਡੀਏਟ ਸੇਫਟੀ ਵਾਸਤੇ ਕੁਛ ਚਾਹੀਦਾ। ਅਤੇ ਦੂਸਰੀਆਂ ਜਿਹੜੀਆਂ ਸਪੈਸ਼ਲਾਈਜ਼ਡ ਦੋ ਔਰਗਨਾਈਜੇਸ਼ਨਸ ਹੈਗੀਆਂ, ਉਹ ਹੈਗੀਆਂ ਨਾਰਿਕਾ, ਨਾਰਿਕਾ ਜਿਹੜੀ ਹੈਗੀ ਆ ਉਹ ਸਾਊਥ ਈਸਟ ਏਸ਼ੀਅਨ ਲੇਡੀਜ਼ ਵਾਸਤੇ ਆ, ਅਤੇ ਦੂਜੀ ਹੈਗੀ ਆ ਮਾਈ ਸਿਸਟਰਸ ਹਾਊਸ। ਮਾਈ ਸਿਸਟਰਸ ਹਾਊਸ ਉਹਨਾਂ ਨੇ ਸਪੈਸ਼ਲਾਈਜ਼ ਕੀਤਾ ਸਾਊਥ ਏਸ਼ੀਅਨਸ ਦੇ ਵਿੱਚ, ਅਤੇ ਉਹ ਉਹਨਾਂ ਕੋਲ ਪੰਜਾਬੀ ਟ੍ਰਾਂਸਲੇਟਰਸ ਵੀ ਹੈਗੇ ਆ, ਹਿੰਦੀ ਵੀ ਹਿੰਦੀ ਵੀ ਬੋਲਣ ਵਾਲੇ ਹੈਗੇ ਆ, ਅਤੇ ਉਹ ਕਾਉਂਸਲਿੰਗ ਤੁਹਾਡੇ ਨਾਲ ਕਰ ਸਕਦੇ ਆ। ਸੋ ਉਹ ਜਿਹੜੇ ਔਰਗਨਾਈਜੇਸ਼ਨਸ ਆ ਉਹ ਕੰਫੀਡੈਂਸ਼ੀਅਲ। ਮੈਂ ਇਹ ਗੱਲ ਪੁੱਛਦਾ ਵੀ ਜੇ ਕਿਸੇ ਨੇ ਸਿਰਫ ਸਲਾਹ ਲੈਣੀ ਆ, ਹਾਂਜੀ, ਕਿਉਂਕਿ ਜੇ ਇੱਦਾਂ ਦੀ ਗੱਲ ਤੁਸੀਂ ਕਿਸੇ ਨੂੰ ਕਾਲ ਕਰਦੇ ਕਈ ਵਾਰ ਤੁਹਾਡੇ ਘਰ ਦੇ ਬੰਦੇ ਨੇ ਤੁਹਾਡੇ ਉਲਟ ਹੋ ਜਾਣਾ, ਪਰ ਜੇ ਕੋਈ ਲੇਡੀ ਆ ਉਹ ਵਿਚਾਰੀ ਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂ, ਹਾਂਜੀ, ਉਹ ਕਿਸੇ ਨਾਲ ਚਾਹੁੰਦੀ ਵੀ ਮੈਂ ਗੁਪਤ ਤਰੀਕੇ ਦੇ ਵਿੱਚ ਕੰਫੀਡੈਂਸ਼ੀਅਲੀ ਕਿਸੇ ਤੋਂ ਸਲਾਹ ਲੈਣੀ ਹੈ ਵੀ ਮੈਂ ਇਸ ਸਿਚੁਏਸ਼ਨ 'ਚ ਆ ਮੈਂ ਕੀ ਕਰਾਂ, ਹਾਂਜੀ, ਤਾਂ ਕਿਹੜੇ ਨੰਬਰ 'ਤੇ ਕਾਲ ਕਰਨਾ ਹੋ? ਉਹ ਜਿਹੜੇ ਥ੍ਰੀ ਔਰਗਨਾਈਜੇਸ਼ਨਸ ਦਾ ਮੈਂ ਨਾਮ ਲਏ ਆ, ਮਾਈ ਸਿਸਟਰਸ ਹਾਊਸ, ਵੀਵ ਅਤੇ ਨਾਰਿਕਾ, ਅਤੇ ਉਹਨਾਂ ਦੀ ਹਾਟਲਾਈਨਸ ਹੈਗੀਆਂ ਜਿਹਦੇ ਨਾਲ ਤੁਸੀਂ ਅਨੋਨਮਸ ਹੋ ਸਕਦੇ ਹਾਂ, ਤਾਂ ਤੁਸੀਂ ਪੰਜਾਬੀ 'ਚ ਵੀ ਕਾਲ ਕਰ ਸਕਦੇ, ਹਾਂਜੀ, ਤਾਂ ਤੁਹਾਨੂੰ ਪ੍ਰੋਫੈਸ਼ਨਲ ਸਲਾਹ ਦੇਣਗੇ, ਹਾਂਜੀ, ਵੀ ਤੁਹਾਨੂੰ ਕਿਸਾਂ ਇਸ ਮੁਸ਼ਕਲ 'ਚੋਂ ਕਿੱਦਾਂ ਨਿਕਲਣਾ। ਹਾਂਜੀ, ਅਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਕੀ ਰਿਸੋਰਸਿਸ ਦੀ ਹੋਰ ਕੀ ਲੋੜ ਆਪਣੀ ਕਮਿਟੀ, ਕੀ ਕਰਨਾ ਚਾਹੀਦਾ ਆਪਾਂ ਨੂੰ ਵੀ ਇਸ ਸਿਚੁਏਸ਼ਨ ਨੂੰ ਆਪਾਂ ਇੰਪਰੂਵ ਕਰ ਸਕੀਏ? ਕਮਿਊਨਿਟੀ ਅਸਿਸਟੈਂਸ ਚਾਹੀਦੀ ਹੈ ਜਿਹੜੀ ਹੁਣ ਮੇਰਾ ਖਿਆਲ ਸਭ ਤੋਂ ਵਧੀਆ ਜਿੱਥੇ ਹੋ ਸਕਦੀ ਹੈ ਉਹ ਗੁਰਦੁਆਰੇ ਦੇ ਵਿੱਚ ਆ। ਗੁਰਦੁਆਰਾ ਸਾਡਾ ਸੈਂਟਰਲ ਆ, ਸਾਰੇ ਉੱਥੇ ਜਾਂਦੇ ਆ, ਹਰ ਇੱਕ ਥਾਂ ਗੁਰਦੁਆਰੇ ਹੈਗੇ ਆ, ਅਤੇ ਫੰਡਿੰਗ ਦੀ ਕੋਈ ਘਾਟ ਨਹੀਂ ਹੈਗੀ ਗੁਰਦੁਆਰਿਆਂ ਦੇ ਵਿੱਚ, ਪਰ ਇਹ ਗੁਰਦੁਆਰਿਆਂ ਨੂੰ ਮੈਨੇਜਮੈਂਟ ਜਿਹੜੀ ਕਮੇਟੀਜ਼ ਆ ਉਹਨਾਂ ਨੂੰ ਮੰਨਣਾ ਪਊਗਾ ਵੀ ਅਸੀਂ ਇਹ ਨਹੀਂ ਚਾਹੁੰਦੇ। ਹੁਣ ਤੁਸੀਂ ਦੇਖ ਲਓ, ਹਾਂਜੀ, ਹੁਣ ਤੁਸੀਂ ਦੇਖ ਲਓ ਸਾਡਾ ਜਿਹੜੀ ਸਿੱਖ ਹਿਸਟਰੀ ਆ ਉਹਦੇ ਵਿੱਚ ਤਾਂ ਸਿੰਘਾਂ ਨੇ ਜਾ ਕੇ ਲੇਡੀਜ਼ ਬਚਾਈਆਂ ਸੀਗੀਆਂ। ਸੋ ਜੇ ਤੁਸੀਂ ਉਹ ਹਿਸਟਰੀ ਦੇਖਦੇ ਹਾਂ ਤਾਂ ਤੁਸੀਂ ਕਹਿੰਦੇ ਵੀ ਅਸੀਂ ਆਪਣੀ ਬਲਾਈਂਡ ਆਈ ਕਰ ਲੈਣੀ, ਅਸੀਂ ਦੂਸਰੇ ਪਾਸੇ ਨੂੰ ਮੂੰਹ ਕਰ ਲੈਣਾ, ਫਿਰ ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਸਿੱਖਇਜ਼ਮ ਦੇ ਵਿੱਚ। ਸੋ ਗੁਰਦੁਆਰੇ ਨੂੰ ਮੇਰਾ ਖਿਆਲ ਫੰਡਿੰਗ ਚਾਹੀਦੀ ਹੈ, ਜਿਹੜੀ ਔਰਗਨਾਈਜੇਸ਼ਨਸ ਹੈਗੀਆਂ ਨਾਰਿਕਾ ਜਾਂ ਸਿਸਟਰ ਮਾਈ ਸਿਸਟਰਸ ਹਾਊਸ, ਜਿੱਥੇ ਵਿੱਚ ਫੁੱਲ ਟਾਈਮ ਪੋਜੀਸ਼ਨਸ ਹੋਣ, ਜਾਂ ਕੋਈ ਸੋਸ਼ਲ ਵਰਕਰ ਹੋਵੇ ਜਿਹੜਾ ਸੰਡੇ ਨੂੰ ਆਵੇ ਜਾਂ ਕਿਸੇ ਹੋਰ ਦਿਨ ਆਵੇ, ਅਤੇ ਉਹ ਜਿਹੜੀਆਂ ਲੇਡੀਜ਼ ਆ ਜਾਂ ਜਿਹੜੀ ਫੈਮਲੀਜ਼ ਆ ਉਹਨਾਂ ਨੂੰ ਕਾਉਂਸਲ ਕਰਕੇ ਦੱਸ ਸਕਦੇ ਵੀ ਤੁਹਾਡੇ ਆਹ ਰਿਸੋਰਸਿਸ ਆ, ਤੁਹਾਡੇ ਆਹ ਪ੍ਰੋਗਰਾਮਸ ਆ ਜਿਨ੍ਹਾਂ ਨਾਲ ਤੁਸੀਂ ਹੈਲਪ ਲੈ ਸਕਦੇ ਹਾਂ। ਪਰ ਤੁਹਾਡਾ ਕੀ ਖਿਆਲ ਹੈ ਵੀ ਜੇ ਸਾਡੀ ਕਮਿਊਨਿਟੀ ਇੱਦਾਂ ਹੀ ਅੱਖਾਂ ਮੀਚ ਕੇ ਬੈਠੀ ਰਹੀ ਵੀ ਕੀਪ ਇਗਨੋਰਿੰਗ ਵੀ ਦਿਸ ਪ੍ਰੋਬਲਮ, ਸਾਡੀ ਕਮਿਊਨਿਟੀ ਤਾਂ ਐਗਜ਼ਿਸਟ ਹੀ ਨਹੀਂ ਕਰਦੀ, ਲੌਂਗ ਟਰਮ ਕੋਨਸੀਕੁਐਂਸਿਸ ਕੀ ਹੋ ਸਕਦੇ ਆਪਣੀ ਕਮਿਊਨਿਟੀ ਲਈ? ਇਹ ਜਿਹੜੀ ਪ੍ਰੋਬਲਮ ਹੈ ਇਹ ਵੱਧਦੀ ਰਹਿਣੀ ਆ। ਸੋ ਤੁਹਾਡੀ ਇੱਕ ਫੈਮਿਲੀ ਦੇ ਵਿੱਚ ਤੁਹਾਡੇ 3 ਨਿਆਣੇ ਆ, ਜੇ ਉਹ 3 ਨਿਆਣੇ ਨੇ ਤੁਹਾਨੂੰ ਅਬਿਊਸ ਦੇਖਿਆ, ਉਹ ਗਾਹਾਂ 3 ਹੋਰ ਹਾਊਸਿਸ ਘਰ ਹੋ ਗਏ ਜਿਨ੍ਹਾਂ ਦੇ ਵਿੱਚ ਅਬਿਊਸ ਹੋਣਾ, ਅਤੇ ਤੁਹਾਡਾ ਖਿਆਲ ਹੈ ਵੀ ਹੋਰ ਬੱਚੇ ਡਰੱਗਸ ਜਾਂ ਹੋਰ ਉਸ ਪਾਸੇ ਵੀ ਜਾ ਸਕਦੇ ਨੇ ਜਿਹੜੇ ਘਰਾਂ ਦੇ ਬੱਚੇ ਨੇ ਇੱਦਾਂ ਦੇ? ਐਬਸੋਲੂਟਲੀ, ਸਾਰੀਆਂ ਜਿਹੜੀਆਂ ਸੋਸਾਇਟਲ ਪ੍ਰੋਬਲਮਸ ਆ ਉਹ ਵੱਧ ਚਾਂਸਿਸ ਆ ਵੀ ਉਹਨਾਂ ਦੇ ਵਿੱਚ ਉਹ ਪਊਗੇ। ਸੋ ਜੇ ਤੁਹਾਡੇ ਇੱਕ ਘਰ ਦੇ ਵਿੱਚੋਂ ਤੁਹਾਡੇ 3 ਨਿਆਣੇ ਅਫੈਕਟਿਡ ਆ, ਅਤੇ ਉਹ 3 ਦੇ ਫਿਰ ਹੋਰ 3 ਹੁੰਦੇ ਆ, ਇਹ ਜਿਹੜੀ ਪ੍ਰੋਬਲਮ ਆ ਇਹ ਦੁੱਗਣੀ ਤਿਗਣੀ ਨਹੀਂ ਹੋਣੀ, ਐਕਸਪੋਨੈਂਸ਼ਲੀ ਵਧਣੀ ਆ। ਅਤੇ ਤੁਹਾਡੀ ਗੱਲ ਸਹੀ ਹੈ, ਕੋਈ ਪੁਰਾਣੇ ਜ਼ਮਾਨੇ 'ਚ ਇਹ ਸੀਗਾ ਵੀ ਪਿੰਡਾਂ 'ਚ ਜਾਂ ਜਿਹੜਾ ਸਾਡਾ ਸਮਾਜ ਸੀ ਉੱਥੇ ਇੱਕ ਆਪਣਾ ਸਪੋਰਟ ਸਿਸਟਮ ਬਣਿਆ ਹੋਇਆ ਸੀ। ਹਾਂਜੀ, ਕਿਉਂਕਿ ਜੁਆਇੰਟ ਫੈਮਿਲੀ ਸੀਗੀ, ਉਹਦੇ 'ਚ ਇੱਕ ਸਪੋਰਟ ਸਿਸਟਮ ਸੀ, ਸਿਆਣੇ ਹੁੰਦੇ ਸੀ, ਵੱਡੇ ਹੁੰਦੇ ਇੱਕ ਹਾਇਰਾਰਕੀ ਸੀਗੀ, ਜਿਵੇਂ ਤੁਸੀਂ ਦੱਸਿਆ ਵੀ ਪੁਰਾਣੇ ਜਿਹੜੇ ਸਿੱਖਾਂ ਦੇ ਵਿੱਚ ਕਾਫੀ ਧਾਰਮਿਕ ਭਾਵਨਾ ਵੀ ਸੀ, ਉਹ ਹੌਲੀ ਹੌਲੀ ਉਹ ਚੀਜ਼ਾਂ ਸਾਡੀ ਕਮਿਊਨਿਟੀ 'ਚ ਜਾ ਚੁੱਕੀਆਂ ਨੇ। ਹਾਂਜੀ, ਕਿਉਂਕਿ ਅਸੀਂ ਇਸ ਕੰਟਰੀ 'ਚ ਜਾ ਕੇ ਸਟਰਗਲ ਕਰ ਰਹੇ ਹਾਂ, ਮਟੀਰੀਅਲਿਸਟਿਕ ਥਿੰਕਿੰਗ ਹੋ ਗਿਆ, ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਸਪਿਰਚੁਅਲ ਕੰਮਾਂ ਲਈ ਜਾਂ ਇੱਕ ਦੂਜੇ ਨਾਲ। ਸੋ ਫਿਰ ਜੇ ਅਸੀਂ ਇਹ ਚੀਜ਼ਾਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਲੌਂਗ ਟਰਮ 'ਚ ਸਾਡੀ ਕਮਿਊਨਿਟੀ ਦਾ ਫਿਊਚਰ ਕਾਫੀ ਖਰਾਬ ਹੋ ਸਕਦਾ। ਹਾਂਜੀ, ਸੋ ਮਤਲਬ ਜਿਹੜੇ ਇੰਨੇ ਆਪਾਂ ਮਿਹਨਤ ਕਰਦੇ ਹਾਂ, ਪੈਸੇ ਬਣਾਉਂਦੇ ਹਾਂ, ਇਹ ਸਾਰੇ ਵੇਸਟ ਜਾ ਸਕਦੇ ਨੇ। ਹਾਂਜੀ, ਥੋੜ੍ਹਾ ਐਕਸਪਲੇਨ ਕਰੋ। ਇਹ ਜਿਹੜੀ ਡੋਮੈਸਟਿਕ ਵਾਇਲੈਂਸ ਦੀ ਪ੍ਰੋਬਲਮ ਆ ਇਹ ਤੁਹਾਡੀ ਫੈਮਿਲੀ ਦੀ ਜਿਹੜੀ ਜੜ੍ਹਾਂ ਆ ਜੜ੍ਹਾਂ ਸਾੜ ਕੇ ਰੱਖ ਦਿੰਦੀ ਹੈ। ਸੋ ਇਹ ਥੱਲੇ ਤੋਂ ਸ਼ੁਰੂ ਹੁੰਦੀ ਹੈ ਤਾਂ ਉੱਪਰ ਤੱਕ ਇਹ ਵੱਧਦੀ ਰਹਿਣੀ ਹੈ, ਇਹਨੇ ਸਾਰੀ ਤੁਹਾਡੀ ਫੈਮਿਲੀ ਜਿਹੜੀ ਹੈ ਉਹ ਸਾਰੀ ਇਨਫੈਕਟ ਕਰ ਦੇਣੀ ਹੈ, ਤੁਹਾਡੇ ਬੱਚਿਆਂ ਤੋਂ ਲੈ ਕੇ ਤੁਹਾਡੇ ਬਜ਼ੁਰਗਾਂ ਤੱਕ ਲੈ ਕੇ ਸਾਰੀ ਫੈਮਿਲੀ ਤੁਹਾਡੀ ਖਤਮ ਕਰ ਸਕਦੀ ਹੈ। ਪਰ ਇੱਦਾਂ ਨਹੀਂ ਵੀ ਖਤਮ ਕਰਦੀ ਵੀ ਤੁਹਾਡੀ ਫੈਮਿਲੀ ਮੁੱਕ ਗਈ, ਉਹ ਜਿਹੜੀ ਪ੍ਰੋਬਲਮ ਆ ਉਹ ਗਾਂ ਦੀ ਗਾਂ ਵਧੀ ਜਾਣੀ, ਮਲਟੀਪਲਾਈ ਹੋਣੀ, ਜਿਹੜਾ ਉਹ ਬੱਚਾ ਆ ਜਿਹੜਾ ਉਹ ਮੈਂ ਜਿੱਦਾਂ ਤੁਹਾਨੂੰ ਕਿਹਾ ਵੀ ਉਹ 3 ਬੱਚੇ ਆ ਉਹ ਇਫੈਕਟ ਹੋਣੇ ਆ, ਉਹਨਾਂ 3 ਦੇ ਵਿਆਹ ਹੋਣੇ ਆ, ਅਤੇ ਉਹ ਫਿਰ ਉਹ ਜਿਹੜੇ 3 ਦੀ ਇਫੈਕਟ ਆ ਉਹ 6 ਦੀ ਇਫੈਕਟ ਹੋ ਗਈ, ਕਿਉਂਕਿ ਉਹਨਾਂ ਨੇ ਡੋਮੈਸਟਿਕ ਵਾਇਲੈਂਸ ਦੀ ਰਿਲੇਸ਼ਨਸ਼ਿਪ ਹੋ ਜਾਣਾ। ਇਹ ਪ੍ਰੂਵਨ ਫੈਕਟ ਆ, ਇਹ ਸਬੂਤ ਆ ਕਿ ਜਿਹੜੇ ਮੁੰਡੇ ਆਪਣੇ ਫਾਦਰ ਨੂੰ ਅਬਿਊਸਿਵ ਰਿਲੇਸ਼ਨਸ਼ਿਪ 'ਚ ਦੇਖਦੇ ਆ ਉਹਨਾਂ ਨੇ ਅਬਿਊਸ ਕਰਨਾ, ਹਸਬੈਂਡ ਬਣਨਾ, ਅਤੇ ਜਿਹੜੀਆਂ ਕੁੜੀਆਂ ਆਪਣੇ ਫਾਦਰ ਨੂੰ ਅਬਿਊਸ ਦੇਖਦੀਆਂ ਉਹਨਾਂ ਨੇ ਅਬਿਊਸ ਝੱਲ ਲੈਣਾ ਕਿਸੇ ਤੋਂ। ਸੋ
ਜਿਹੜੇ ਬੰਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਵਿਆਹ ਵੀ ਬੱਚੇ ਫਿਰ ਬਾਹਰ ਕਰਾਉਣ ਲੱਗ ਜਾਂਦੇ ਆਪਣੇ ਕਲਚਰ ਤੋਂ। ਹਾਂਜੀ, ਕਿਉਂਕਿ ਉਹ ਆਪਣੇ ਘਰ ਜਿੱਦਾਂ ਦਾ ਮਾਹੌਲ ਦੇਖਦੇ ਨੇ, ਉਹ ਸੋਚਦੇ ਆ ਕਿ ਜਿਹੜੀ ਇਹ ਪ੍ਰੋਬਲਮ ਹੈ ਇਹ ਲੈਕ ਆਫ ਐਜੂਕੇਸ਼ਨ ਸਾਡੇ ਪੰਜਾਬੀ ਹੋਣ ਕਰਕੇ ਆ। ਤੁਸੀਂ ਥੋੜ੍ਹਾ ਟਾਈਮ ਬੜਾ ਥੋੜ੍ਹਾ ਜਿਹਾ ਦੱਸੋ ਵੀ ਜਿਹੜੀ ਫਾਈਨੈਂਸ਼ੀਅਲ ਤੁਸੀਂ ਦੱਸੀ ਸੀ ਉਹ ਅਕਸਰ ਕਾਫੀ ਕਾਮਨ ਪ੍ਰੋਬਲਮ ਆ ਇਹ। ਹਾਂਜੀ, ਇਹਦੇ ਬਾਰੇ ਥੋੜ੍ਹਾ ਜਿਹਾ ਐਕਸਪਲੇਨ ਕਰੋ ਕਿ ਤੁਸੀਂ ਐਕਸਪੀਰੀਅੰਸ ਕੀਤਾ ਹੋਇਆ ਕਿਸੇ ਕਲਾਇੰਟ ਨਾਲ ਜਾਂ ਕੀ, ਥੋੜ੍ਹਾ ਜਿਹਾ ਐਕਸਪਲੇਨ ਕਰੋਗੇ ਇਹਨੂੰ? ਜਿਹੜੀ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਮੈਂ ਦੇਖਿਆ ਇੱਥੇ ਸੈਕਰਮੈਂਟੋ ਦੇ ਵਿੱਚ, ਜਿਸ ਤਰ੍ਹਾਂ ਦੇ ਹੋਰਨਾਂ ਕਮਿਊਨਿਟੀਜ਼ ਹੁੰਦੇ ਆ ਉੱਦਾਂ ਹੀ ਸਾਡੇ ਕਮਿਊਨਿਟੀਜ਼ ਵਿੱਚ ਹੁੰਦੇ ਆ। ਕੋਈ ਐਗਜ਼ਾਮਪਲ ਦਿਓ, ਟਾਈਮ ਬਹੁਤ ਥੋੜ੍ਹਾ। ਫਾਈਨੈਂਸ਼ੀਅਲ ਜਿਹੜੀ ਹੈਗੀ ਆ, ਕਿਸੇ ਨੂੰ ਡਰਾਈਵਰਸ ਲਾਇਸੈਂਸ ਨਹੀਂ ਦਵਾਉਣੀ, ਮੇਕ ਸ਼ੋਰ ਕਰਨਾ ਪਏ ਉਹ ਬੰਦੇ ਘਰ ਤੋਂ ਨਹੀਂ ਜਾ ਸਕਦਾ, ਜਿੰਦੇ ਜਿਹੜੇ ਜਿਹੜੀਆਂ ਚਾਬੀਆਂ ਆ ਉਹ ਬੰਦੇ ਕੋਲ ਹੀ ਆ। ਸੋ ਜਿਹੜੀ ਲੇਡੀ ਆ ਉਹ ਅਸੈਂਸ਼ਲੀ ਘਰ ਦੇ ਵਿੱਚ ਬੰਦ, ਪੜ੍ਹ ਨਹੀਂ ਦਿੰਦੇ। ਇੰਡੀਆ ਦੇ ਵਿੱਚ ਕਹਿ ਦੇਣਾ ਪਈ ਨਹੀਂ ਤੁਸੀਂ ਉੱਥੇ ਵਿਆਹ ਕਰ ਲਓ, ਉੱਥੇ ਪੜ੍ਹਾ ਦੇਵਾਂਗੇ, ਫਿਰ ਮੁੜ ਕੇ ਪੜ੍ਹਾਈ ਨਹੀਂ ਕਰਾਉਣੀ, ਜਾਂ ਜੋਬ ਦਵਾ ਦੇਣਾ ਪਰ ਜੋਬ ਨੂੰ ਛੱਡ ਕੇ ਵੀ ਜਾਣਾ ਤਾਂ ਮੁੜ ਕੇ ਵੀ ਲਿਆਉਣਾ। ਜਿਹੜੀ ਬੈਂਕ ਅਕਾਊਂਟਸ ਆ ਉਹਨਾਂ ਨੂੰ ਕੋਈ ਐਕਸੈਸ ਨਹੀਂ ਹੈਗੀ, ਜਿਹੜੇ ਕੈਸ਼ ਆ ਉਹ ਵੀ ਉਨਾ ਹੀ ਦੇਣਾ, ਚੇਂਜ ਮੰਗਣੀ, ਮੁੜ ਕੇ ਕਹਿਣਾ ਪਈ ਜਿਹੜੇ ਪੈਸੇ ਆ ਉਹ ਮੁੜ ਕੇ ਦਿਓ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਇਹ ਫਾਈਨੈਂਸ਼ੀਅਲ ਕੰਟਰੋਲ ਆ, ਅਤੇ ਜਿਹੜਾ ਅਬਿਊਜ਼ਡ ਬੰਦਾ ਆ ਉਹਨਾਂ 'ਤੇ ਇਹ ਫਰਕ ਇਹ ਅਸਰ ਪੈਂਦਾ ਕਿ ਇਹ ਜਿਹੜਾ ਬੰਦਾ ਇਹ ਟੋਟਲੀ ਅਨਕੰਟਰੋਲ ਆ, ਮੈਨੂੰ ਇਹਨਾਂ ਦੀ ਮੰਨਣੀ ਪੈਣੀ ਆ, ਕੋਵਰਜਨ ਬਣ ਜਾਂਦੀ ਆ। ਇਹ ਜਿਹੜੀ ਵਕੀਲ ਸਾਹਿਬ ਨੇ ਸਾਨੂੰ ਗੱਲ ਦੱਸੀ ਇਹ ਸਾਨੂੰ ਇਹ ਗੱਲ ਨੂੰ ਇੱਦਾਂ ਗੱਲਾਂ ਕਰਕੇ ਟਾਲਣ ਵਾਲੀ ਗੱਲ ਨਹੀਂ, ਸਾਨੂੰ ਸਾਡੀ ਕਮਿਊਨਿਟੀ ਨੂੰ ਕੋਈ ਸੀਰੀਅਸ ਐਫਰਟ ਕਰਨਾ ਪੈਣਾ। ਪਹਿਲਾਂ ਤਾਂ ਆਪਾਂ ਨੂੰ ਆਪਣੇ ਘਰਾਂ 'ਚ, ਜੇ ਆਪਣੇ ਘਰਾਂ 'ਚ ਇੱਦਾਂ ਦਾ ਕੋਈ ਹਾਲਾਤ ਹੋ ਰਹੀ ਆ ਤੁਹਾਡੇ ਫੈਮਿਲੀ ਮੈਂਬਰ ਜਾਂ ਕਿਸੇ ਰਿਸ਼ਤੇਦਾਰ ਨਾਲ, ਤੁਹਾਨੂੰ ਉਹਦੇ ਵਿੱਚ ਇੰਟਰਵੀਨ ਕਰਨਾ ਪਏਗਾ, ਜਾ ਕੇ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਕਰੋ ਜਾਂ ਉਹਨਾਂ ਨੂੰ ਪ੍ਰੋਫੈਸ਼ਨਲ ਕਾਉਂਸਲਿੰਗ ਜਾਂ ਹੈਲਪ ਲੈ ਕੇ ਦਿਓ। ਅਤੇ ਬਾਕੀ ਜਿਹੜੇ ਸਾਡੇ ਕਮਿਊਨਿਟੀ ਦੇ ਸੱਜਣ ਜਾਂ ਭੈਣ ਭਰਾ, ਜਿਹੜੇ ਸਾਡੀ ਕਮਿਊਨਿਟੀ ਦੀਆਂ ਜਥੇਬੰਦੀਆਂ ਨੇ, ਨੋਨ ਪ੍ਰੋਫਿਟ ਔਰਗਨਾਈਜੇਸ਼ਨ ਨੇ, ਗੁਰੂ ਘਰ ਨੇ ਜਾਂ ਹੋਰ ਧਾਰਮਿਕ ਸੰਸਥਾਵਾਂ ਨੇ, ਉਹਨਾਂ ਨਾਲ ਸੰਬੰਧਿਤ ਜਿਹੜੇ ਭੈਣ ਭਰਾ ਇਹ ਗੱਲਾਂ ਸਾਡੀਆਂ ਸੁਣ ਰਹੇ ਨੇ, ਸੋ ਪਲੀਜ਼ ਤੁਹਾਨੂੰ ਇਹ ਚੀਜ਼ਾਂ ਵੱਲ ਥੋੜ੍ਹਾ ਧਿਆਨ ਦਿਓ ਵੀ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਰਿਸੋਰਸਿਸ ਕ੍ਰੀਏਟ ਕਰੀਏ ਵੀ ਜਿਹਦੇ ਨਾਲ ਇਹ ਪ੍ਰੋਬਲਮ ਦਾ ਜਿਹੜਾ ਸਲੂਸ਼ਨ ਹੈ ਆਪਾਂ ਲੱਭ ਕੇ ਆਪਣੀ ਕਮਿਊਨਿਟੀ ਨੂੰ ਵਧੀਆ ਕਮਿਊਨਿਟੀ ਬਣਾਈਏ, ਜਿਹਦੇ ਨਾਲ ਕਿ ਸਾਡੀ ਜਿਹੜੀ ਇਸ ਕੰਟਰੀ ਜਾ ਕੇ ਅਸੀਂ ਮਿਹਨਤ ਕੀਤੀ ਆ ਉਹਨੂੰ ਹੋਰ ਫਲ ਫੁੱਲ ਲੱਗਣ। ਨਹੀਂ ਤਾਂ ਇਹ ਜਿਹੜੀਆਂ ਪ੍ਰੋਬਲਮ ਨੇ ਸਾਡੀ ਕਮਿਊਨਿਟੀ ਨੂੰ ਖੋਖਲਾ ਕਰ ਦੇਣਾ ਹੈਗਾ ਅਤੇ ਸਾਡਾ ਬਹੁਤ ਨੁਕਸਾਨ ਹੋਣਾ। ਸੋ ਵਕੀਲ ਸਾਹਿਬ ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਅਤੇ ਇਹ ਟੋਪਿਕ ਤਾਂ ਆਪਾਂ ਸਿਰਫ ਕੀ ਕਹਿੰਦੇ ਟਿਪ ਆਫ ਦਾ ਆਈਸਬਰਗ ਛੂਹਿਆ, ਇਹਦਾ ਹੋਰ ਤੁਹਾਡੇ ਨਾਲ ਗੱਲਾਂ ਕਰਨ ਦੀ ਲੋੜ ਆ, ਅਤੇ ਫਿਰ ਕਿਸੇ ਦਿਨ ਆ ਕੇ ਸਾਨੂੰ ਤੁਸੀਂ ਇਹ ਟੋਪਿਕ ਬਾਰੇ ਹੋਰ ਡਿਟੇਲ ਜਾਣਕਾਰੀ ਦਿਓ। ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।